ਮੋਗਾ ਨੂੰ ਜੋ ਕਿ ਬੜੇ ਦੇਰ ਤੋਂ ਸਮੱਸਿਆ ਆ ਰਹੀ ਸੀ, 1947 ਤੋਂ ਬਾਅਦ ਸਾਨੂੰ ਕਿਤੇ ਕਬਰਿਸਤਾਨ ਦੀ ਕੋਈ ਵੀ ਜਗ੍ਹਾ ਮੁਹੱਈਆ ਨਹੀਂ ਕਰਾਈ ਗਈ। ਅਤੇ ਜਦੋਂ ਵੀ ਸਾਡੇ ਕਿਸੇ ਵੀ ਬੰਦੇ ਦਾ ਇੰਤਕਾਲ ਹੁੰਦਾ ਸੀ ਤਾਂ ਸਾਨੂੰ ਨਾਲ ਦੇ ਪਿੰਡਾਂ 'ਚ ਜਾਣਾ ਪੈਂਦਾ ਸੀ। ਉਹਨਾਂ 'ਚੋਂ ਤਲਵੰਡੀ ਭੰਗੇਰੀਆਂ ਇੱਕ ਪਿੰਡ ਹੈ ਜਿੱਥੇ ਹੁਣ ਕਬਰਾਂ ਲਈ ਜ਼ਿਆਦਾ ਜਗ੍ਹਾ ਨਹੀਂ ਬਚੀ। ਜਾਂ ਸਾਨੂੰ ਹੋਰ ਵੀ ਜੋ ਅਗਰ ਕੋਈ ਯੂਪੀ ਦਾ ਬੰਦਾ ਹੁੰਦਾ ਸੀ ਜਾਂ ਹੋਰ ਕਿਸੇ ਪਿੰਡ ਦਾ ਹੁੰਦਾ ਸੀਗਾ, ਜਾਂ ਤਾਂ ਸਾਨੂੰ ਮਲੇਰਕੋਟਲੇ ਲੈ ਕੇ ਜਾਣਾ ਪੈਂਦਾ ਸੀ ਜਾਂ ਉਹਨਾਂ ਨੂੰ ਵਾਪਸ ਜਿਹੜੀ ਵੀ ਜਿਹਦਾ ਵੀ ਕਬਰ ਦੀ ਜ਼ਰੂਰਤ ਲਈ ਵਾਪਸ ਯੂਪੀ ਲੈ ਕੇ ਜਾਣਾ ਪੈਂਦਾ ਸੀ। ਸਾਡੀ ਬੜੀ ਦੇਰ ਤੋਂ ਮੰਗ ਚੱਲੀ ਆ ਰਹੀ ਸੀ। ਸਾਡੀ ਪੂਰੀ ਟੀਮ ਜਿਨ੍ਹਾਂ ਦੇ ਸਰਪ੍ਰਸਤ ਹਾਜੀ ਸਲੀਮ ਹੈ ਅਤੇ ਉਹਨਾਂ ਦੇ ਨਾਲ ਸਾਰਿਆਂ ਦੀ ਮਦਦ ਨਾਲ ਅਤੇ ਸਾਡੇ ਬਾਈ ਜੀ ਹੋਰ ਵੀ ਜਿੰਨੇ ਵੀ ਸੀ ਇਕੱਠੇ ਹੋ ਕੇ ਅਸੀਂ ਪੰਜਾਬ ਵਕਫ ਬੋਰਡ ਦੇ ਮੁਲਾਜ਼ਮਾਂ ਨੂੰ ਮਿਲੇ, ਚੇਅਰਮੈਨ ਸਾਹਿਬ ਨੂੰ ਮਿਲੇ, ਜਿੱਥੋਂ ਵੀ ਹੋ ਸਕਿਆ ਮਦਦ ਲੈ ਕੇ ਉਹਨਾਂ ਨੂੰ ਫੋਨ ਕਰਾਏ ਅਤੇ ਉਹਦਾ ਜਿਹੜਾ ਵੀ ਕੰਕਲੂਜਨ ਸੀ ਜਾਂ ਫਲ ਸੀ, ਫਲ ਦੇ ਰੂਪ ਵਿੱਚ ਸਾਨੂੰ ਇਹ ਪਿੰਡ ਸਿੰਘਾਂ ਵਾਲੇ 2 ਕਿੱਲੇ ਜਗ੍ਹਾ ਜਿਹੜੀ ਕਿ ਵਕਫ ਬੋਰਡ ਦੇ ਕੋਲ ਸੀ ਉਹਨਾਂ ਨੇ ਮੋਗੇ ਲਈ, ਮੋਗੇ ਸ਼ਹਿਰ ਲਈ ਇਹ ਕਬਰਿਸਤਾਨ ਰਿਜ਼ਰਵ ਕੀਤਾ ਹੈ। ਸਾਨੂੰ ਤਕਰੀਬਨ 1 ਮਹੀਨਾ ਹੋ ਗਿਆ ਹੈ, ਹਰ ਪੱਖੋਂ ਪਿੰਡ ਵਾਲਿਆਂ ਦੀ ਇਮਦਾਦ ਨਾਲ, ਸਾਡੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਇਮਦਾਦ ਨਾਲ, ਹੋਰ ਵੀ ਜਿੰਨੇ ਵੀ ਗੈਰ ਮੁਸਲਮਾਨ ਨੇ, ਸਾਡੇ ਸਿੱਖ ਭਾਈਚਾਰੇ ਦੇ ਲੋਕ ਨੇ ਬਾਹਰ ਬੈਠੇ ਨੇ, ਸਾਡੇ ਹਿੰਦੂ ਭਰਾ ਨੇ, ਸਾਰਿਆਂ ਦੀ ਇਮਦਾਦ ਨਾਲ ਤਕਰੀਬਨ 1 ਮਹੀਨੇ ਤੋਂ ਇੱਥੇ ਕੰਮ ਚੱਲ ਰਿਹਾ ਹੈ। ਤਕਰੀਬਨ 4 ਦੀਵਾਰੀ ਦਾ, ਪੂਰੀ 2 ਏਕੜ ਦੇ ਵਿੱਚ 4 ਦੀਵਾਰੀ ਦਾ ਕੰਮ ਤਕਰੀਬਨ ਪੂਰਾ ਹੋ ਚੁੱਕਿਆ ਹੈ। ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ 2 JCB ਮਸ਼ੀਨਾਂ ਲੱਗੀਆਂ ਹੋਈਆਂ ਨੇ, ਕਿਉਂਕਿ ਇਹ ਜਿਹੜੀ ਥੇਹ ਸੀ ਤਕਰੀਬਨ 10 ਤੋਂ 12 ਫੁੱਟ ਉੱਚੀ ਸੀ, ਹੁਣ ਅਸੀਂ ਜ਼ਮੀਨੀ ਲੈਵਲ ਤੋਂ ਤਕਰੀਬਨ 4 ਫੁੱਟ ਉੱਚਾ ਇਹ ਕਬਰਿਸਤਾਨ ਤਿਆਰ ਕਰ ਰਹੇ ਹਾਂ। ਇੱਥੇ ਆਉਣ ਵਾਲੇ ਟਾਈਮ 'ਚ ਮੇਰੇ ਖਿਆਲ ਨਾਲ ਅਗਲੇ 100 ਸਾਲ ਤੱਕ ਮੋਗੇ ਸ਼ਹਿਰ ਨੂੰ ਕਬਰਿਸਤਾਨ ਦੀ ਲੋੜ ਨਹੀਂ ਪਏਗੀ। ਇੱਥੇ ਹੁਣ ਅਸੀਂ ਇਹਦੇ ਵਿੱਚ ਅੱਡ ਅੱਡ ਇੱਕ ਜਗ੍ਹਾ ਅਸੀਂ ਅੱਧੀ ਜਗ੍ਹਾ ਕਬਰਿਸਤਾਨ ਨੂੰ ਰੱਖੀ ਹੈ, ਬਾਕੀ ਇੱਕ ਪਾਸੇ ਅਸੀਂ ਸਾਰੇ ਬੂਟੇ ਲਾ ਕੇ ਇਹਨੂੰ ਬਹੁਤ ਵਧੀਆ ਜਗ੍ਹਾ ਬਣਾਵਾਂਗੇ। ਇੱਥੇ ਅਸੀਂ ਮੀਟਿੰਗਾਂ ਵੀ ਰੱਖ ਸਕਦੇ ਹਾਂ, ਇੱਥੇ ਹੋਰ ਵੀ ਸਾਡੇ ਮੁਸਲਮਾਨ ਭਾਈਚਾਰੇ ਦੇ ਜਿਹੜੇ ਛੋਟੇ ਮੋਟੇ ਪ੍ਰੋਗਰਾਮ ਹੋਣਗੇ ਇੱਥੇ ਇਕੱਠ ਰੱਖ ਕੇ ਅਸੀਂ ਇਹ ਪ੍ਰੋਗਰਾਮ ਕਰ ਸਕਦੇ ਹਾਂ। ਪਹਿਲਾਂ ਜਿਹਦੀ ਸਾਨੂੰ ਬਹੁਤ ਤਕਲੀਫ ਹੁੰਦੀ ਸੀ। ਅਤੇ ਅੰਤ ਵਿੱਚ ਮੈਂ ਇੱਕ ਵਾਰੀ ਫਿਰ ਤੋਂ ਹਾਜੀ ਸਲੀਮ, ਹੋਰ ਵੀ ਜਿਹੜੇ ਟੀਮ ਮੈਂਬਰ ਨੇ, ਬਾਈ ਸੁਦਾਗਰ ਅਲੀ ਜੀ ਅਤੇ ਮੁਸਲਿਮ ਵੈਲਫੇਅਰ ਕਲੱਬ ਦੇ ਸੋਨੂ ਬਾਈ ਜੀ, ਸੋਨੂ ਵਾਹਿਦ ਜੀ, ਜੌਨੀ ਸਦੀਕ ਜੀ, ਅਸਲਮ ਬਾਈ ਜੀ, ਸਾਡੇ ਪ੍ਰਧਾਨ ਮੱਖਣ ਮਾਮਦੀਨ ਜੀ, ਜਿੰਨੇ ਕਈਆਂ ਦੇ ਮੈਂ ਨਾਂ ਨਹੀਂ ਲੈ ਸਕਿਆ, ਮੈਂ ਉਹਨਾਂ ਤੋਂ ਮਾਫ਼ੀ ਮੰਗਦਾ ਹਾਂ। ਸਾਰੇ ਅਸੀਂ ਜੁੜ ਕੇ ਮੋਗੇ ਦਾ ਸਾਰਾ ਭਾਈਚਾਰਾ ਇੱਕ ਹੋ ਕੇ ਅੱਜ ਅਸੀਂ ਇਸ ਦੀ ਤਾਮੀਲ ਕਰਕੇ ਬਹੁਤ ਵਧੀਆ ਜਗ੍ਹਾ ਬਣਾਵਾਂਗੇ। ਅਤੇ ਨਾਲ ਦੀ ਨਾਲ ਮੈਂ ਜਿੰਨੇ ਵੀ ਲੋਕ ਦੇਖ ਰਹੇ ਹਨ ਇਹ ਨਿਊਜ਼ ਦੇ ਮੀਡੀਆ ਦੇ ਜਾਈ, ਸਾਡੇ ਭਰਾ ਆਏ ਨੇ, ਇਹਨਾਂ ਦੇ ਜ਼ਰੀਏ ਮੈਂ ਸਾਰਿਆਂ ਨੂੰ ਫਿਰ ਤੋਂ ਇੱਕ ਵਾਰੀ ਰਿਕੁਐਸਟ ਕਰਦਾ ਹਾਂ ਕਿ ਸਾਡਾ ਬਹੁਤ ਜ਼ਿਆਦਾ ਪੈਸਾ ਇੱਥੇ ਲੱਗ ਚੁੱਕਿਆ ਹੈ ਅਤੇ ਸਾਨੂੰ ਬਹੁਤ ਜ਼ਿਆਦਾ ਇਮਦਾਦ ਦੀ ਲੋੜ ਵੀ ਹੈ। ਜੋ ਕੋਈ ਵੀ ਭਾਈ ਚਾਹੇ ਸਾਡੀ ਇੱਥੇ ਇਮਦਾਦ ਕਰ ਸਕਦਾ ਹੈ। ਮੋਗੇ ਬਾਈ ਸਲੀਮ ਜੋ ਕਿ ਮੀਟ ਵਾਲੀ ਉਹਨਾਂ ਦੀ ਦੁਕਾਨ ਹੈ, ਮਸ਼ਹੂਰ ਨੇ। ਦੂਜਾ ਪਾਸਾ ਅੰਮ੍ਰਿਤਸਰ ਰੋਡ 'ਤੇ ਸਾਡੇ ਬਾਈ ਅਸਲਮ ਪੱਪੂ ਜੀ ਹੈ, ਉਹਨਾਂ ਦੀ ਦੁਕਾਨ ਹੈ। ਮੋਗੇ ਵਿੱਚ ਡਾਕਟਰ ਜੌਨੀ ਸਦੀਕ ਨੂੰ ਸਭ ਜਾਣਦੇ ਹਨ। ਸੋਨੂ ਵਾਹਿਦ ਜੀ ਦੀ ਸ਼ੋਰੂਮ ਮੋਗੇ ਬਹੁਤ ਮਸ਼ਹੂਰ ਹੈ। ਕਿਤੇ ਵੀ ਜਾ ਕੇ ਜਿਹਨੇ ਵੀ ਇਮਦਾਦ ਕਰਨੀ ਹੈ, ਸਾਡੇ ਡਾਕਟਰ ਮੱਖਣ ਮਾਨਦੀਨ ਜੀ ਹੈ ਆਪਣੇ ਅਕਾਲਸਾ ਰੋਡ 'ਤੇ, ਜਿਹਨੇ ਇਮਦਾਦ ਕਰਨੀ ਹੈ, ਸਾਡੀ ਰਿਕੁਐਸਟ ਹੈ ਇੱਥੇ ਆ ਕੇ ਸਾਨੂੰ ਭਾਈਚਾਰੇ 'ਚ ਕਿਸੇ ਨੂੰ ਵੀ ਮਿਲੇ ਤਾਂ ਸਾਡੀ ਸਪੋਰਟ ਕਰਨ। ਧੰਨਵਾਦ।